ਜਿਹੜੇ ਵੀਕਾਰ ਦੇ ਵਿੱਚ ਇੰਜਨ ਲੱਗਿਆ ਤੇ ਚਾਰ ਟਾਇਰ ਲੱਗੇ ਵੀ ਉਹ ਤੁਰਦੀ ਆ ਚਾਰ ਆ ਤਿੰਨ ਭਲਾਂ ਦੀ ਭਲਾਂ ਦੀ 8 ਅਤੇ ਭਲਾਂ ਦੀ 16 ਉਹਦੇ ਵਿੱਚ ਅਸੀਂ ਏਸੀ ਫਿੱਟ ਕਰਦੇ ਆ ਕੋਈ ਵੀ ਸੱਜਣ ਮਿੱਤਰ ਜੀ ਨੇ ਵੀ ਕਰਾਉਣਾ ਵਾ ਸਸਤਾ ਮਹਿੰਗਾ ਹਰ ਇੱਕ ਤਰ੍ਹਾਂ ਦੇ ਏਸੀ ਸਾਡੇ ਕੋਲੇ ਤੇ ਉਹ ਆ ਕੇ ਸਾਡੇ ਨਾਲ ਕੰਟੈਕਟ ਕਰੇ ਅਪਾਇੰਟਮੈਂਟ ਲੈ ਕੇ ਤੇ ਕਰਵਾ ਸਕਦਾ ਜੀ ਖਾਨਦਾਨੀ ਕਿੱਤਾ ਨਿਕਾ ਜੀ ਮੇਰੇ ਫਾਦਰ ਸਾਹਿਬ ਸੀਗੇ ਡਾਕਟਰ ਲਾਈਨ ਦੇ ਵਿੱਚ ਇਹ ਤਾਂ ਮੈਂ ਇਥੋਂ ਮੋਗੇ ਸਿਟੀ ਚੋਂ ਹੀ ਕੰਮ ਸਿੱਖਿਆ ਸੀਗਾ ਜੀ ਤੇ ਮੇਰੇ ਉਸਤਾਦ ਜੀ ਆ ਜਿਹੜੇ ਉਹਨਾਂ ਦੀ ਫੁੱਲ ਕਿਰਪਾ ਵਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਐਵੇਂ ਚੱਲੀ ਜਾਂਦੇ ਜੀ ਹਾਂਜੀ ਹਾਂਜੀ ਆਹ ਵੇਖੋ ਜੀ ਆ ਹੈਗਾ ਪੁਲੀ 8ਪੀਕੇ 8ਪੀਕੇ ਦੀ ਬੈਲਟ ਚੱਲਦੀ ਹੈ ਜਿਹੜੀ ਜੀਸੀਬੀ 3ਡੀਐਕਸ ਹੈ ਜੀ ਨਵਾਂ ਮਾਡਲ ਉਹ ਚਲਾਉਂਦੇ ਆ ਸਰ ਇਹ ਸੀ ਤੇ ਪੂਰਾ ਇਹਨ ਗਰੰਟੀ ਵੀ ਦੇਈ ਦੀ ਉਹਦੀ ਪੂਰਾ ਵਧੀਆ ਹੈ ਸੀ ओरिजिनल ਆ ਜੀ ਇਹ ਢੱਬਾ ਬੰਦ ਆ ਜੀ ਕੰਨਾ ਵੀ ਦੁਬਈ ਚ ਤਾਂ ਇੰਨੇ ਸਸਤੇ ਹੈ ਨਹੀਂ ਤੁਸੀਂ ਝੂਠ ਬੋਲਦੇ ਹੋ ਫਿਰ ਹੁਣ ਮੈਂ ਸਮਝਾਇਆ ਵੀ ਇਹ ਆਉਂਦੇ ਦੁਬਈ ਚੋਂ ਆ ਜਿਹੜਾ ਮੈਂ ਕਿਹਾ ਤੁਸੀਂ ਲੈਨੇ ਦੁਕਾਨਾਂ ਤੋਂ ਸਮਾਨ ਉਹ ਕਿਸੇ ਜਿਵੇਂ ਕਿਸੇ ਦਾ ਦੁਬਈ ਚ ਕੰਪਰੈਸ਼ਨ ਖਰਾਬ ਹੋ ਗਿਆ ਇਧਰਲੇ ਪੰਜਾਬੀ ਹਰੇਕ ਦੇਸ਼ ਦੀ ਹੈ ਅਗਲਾ ਦੁਕਾਨ ਤੇ ਜਾਂਦਾ ਉੱਥੇ ਦਿਨਾਰ ਚੱਲਦੇ ਆ ਕੋਈ 100 ਦਿਨਾਰ ਦਾ ਕੋਈ 50 ਦਾ ਇਸ ਤਰ੍ਹਾਂ ਲੈਂਦੇ ਆ ਇਹ ਅਸੀਂ ਦੁਕਾਨਾਂ ਤੋਂ ਨਹੀਂ ਲੈਂਦੇ ਇਹ ਉੱਥੇ ਜਿਹੜੀ ਮਾਰਕੀਟ ਹਨ ਪੋਲਡ ਮਾਰ ਸਪੇਅਰ ਪਾਰਟ ਮਾਰਕੀਟ ਇਹ ਉੱਥੋਂ ਲੈ ਜਾਂਦੇ ਆ ਜੀ ਹੁੰਦੇ ਨਵੇਂ ਵਰਗੇ ਆ ਜੀ ਤਾਂ ਕਰਕੇ ਸਸਤੇ ਆਏ ਕੰਪਨੀ ਦੇ ਵਿੱਚ ਕਿੰਨੇ ਰੇਟ ਮਿਲਦਾ ਇਹਦੇ ਇਹਦਾ ਤੇ ਤੁਹਾਡੇ ਕੋਲੇ ਕਿੰਨਾ ਕੋ ਮਿਲ ਜਾਊਗਾ ਜਿਵੇਂ ਹੁਣ ਔਡੀ ਗੱਡੀ ਆ ਜੀ ਉਹਦਾ ਤਾਂ ਸਰ ਏਜੰਸੀ ਦੇ ਵਿੱਚ ਜਾਈ 80 90 ਹਜ਼ਾਰ ਆਰਾਮਦਰੀ ਨਾ ਹੋਊਗੀ ਠੀਕ ਹੈ ਜੀ ਅਸੀਂ ਇਹ ਥੋੜੇ ਕਹਿਣ ਤੇ ਵੈਸੇ ਤਾਂ ਅਸੀਂ ਥੋੜਾ ਪ੍ਰੋਟਵੀਲ ਵਾਲੀ ਦਾ ਅੱਜ ਅਸੀਂ 16 17 ਕਾਰਾਂ ਦਾ ਕੀਤਾ ਕੰਮ ਜੀ ਹਾਂਜੀ ਜਿਹਦੇ ਵਿੱਚੋਂ 6 7 ਅਸੀਂ ਕੰਪਰੈਸ਼ਰ ਲਾਏ ਆ ਸਰਵਿਸਾਂ ਕੀਤੀਆਂ ਜਾਂ ਇੱਕ ਉਹ ਹੁਣ ਮਰੂਤੀ ਤੇ ਸੀ ਲੱਗ ਰਿਹਾ ਆ ਵੀਰ ਜੀ ਹੁਣੀ ਆਏ ਆ ਕੂਮਕਲਾ ਪਿੰਡ ਤੋਂ ਆਪਣਾ ਲੁਧਿਆਣੇ ਕੋਲੇ ਆ ਇਹਨਾਂ ਦੀ ਸਫਾਰੀ ਸਟ੍ਰੌਨ ਦਾ ਖਰਾਬ ਸੀ ਕੰਪਰੈਸ਼ਨ ਤੇ ਇਹਨਾਂ ਨੇ ਪਹਿਲਾਂ ਉੱਥੇ ਟਰਾਈ ਕੀਤਾ ਲੁਧਿਆਣੇ ਫਿਰ ਆਪਾਂ ਨੂੰ ਕਾਲ ਲਈ ਉਹਨਾਂ ਦੇ ਲਾ ਰਹੇ ਆ ਤੇ ਗਰਮੀਆਂ ਦੇ ਵਿੱਚ ਜਦੋਂ ਪੂਰੀ ਗਰਮੀ ਹੁੰਦੀ ਹੈ ਉਦੋਂ ਤਾਂ ਬਸ ਆਏ ਹੁੰਦਾ ਜੀ ਵੀ ਫੋਨ ਵੀ ਬਹੁਤ ਆਉਂਦੇ ਆ ਗੱਡੀਆਂ ਵੀ ਬਹੁਤ ਆਉਂਦੀਆਂ ਜਾਂਦੀਆਂ ਉਦੋਂ ਅਸੀਂ 30 35 40 ਗੱਡੀਆਂ ਦਾ ਕੰਮ ਕਰਦੇ ਆ ਵਿੱਚ ਟਰੱਕ ਫਿਟਿੰਗ ਵਿੱਚ ਹੀ ਜੀਸੀਬੀ ਆ ਗਈ ਕੋਈ ਜਾਂ ਹੋਰ ਜਿਹੜੀ ਦੁਕਾਨ ਤੇ ਫਿਟਿੰਗ ਹੁੰਦੀ ਹੈ ਜਿਵੇਂ ਟਰੱਕ ਉਹ ਉਹਨਾਂ ਨੂੰ ਇੱਥੇ ਹੀ ਲੈ ਕੇ ਫਿਟ ਹੁੰਦੇ ਆ ਜੀ ਜੀਸੀਬੀ ਇੱਥੇ ਵੀ ਆਂਦੀ ਆ ਜਾਂ ਕਿਤੇ ਦੂਰ ਵੀ ਖੜੀ ਆ ਜੀਸੀਬੀ ਕਿਤੇ ਹੋਰ ਇਤੋਂ ਭਲਾ ਦੀ 100 ਕਿਲੋਮੀਟਰ 150 200 ਉਹ ਅਸੀਂ ਫਿਰ ਉਹਨਾਂ ਨੂੰ ਅਸੀਂ ਟਾਈਮ ਦਿੰਨੇ ਆਂ ਵੀ ਅਸੀਂ ਫਲਾਣੇ ਦੇਣਾ ਆਵਾਂਗੇ ਤੇ ਏਸੀ ਲਾ ਕੇ ਜਾਵਾਂਗੇ ਉਹ ਅਸੀਂ ਥੋੜੇ ਜਿਹੇ ਜਿਹੜੇ ਰਸਤੇ ਦਾ ਐਕਸਟਰਾ ਚਾਰਜ ਆ ਉਹ ਵੀ ਲੈ ਲਈਦਾ ਫਿਰ ਉੱਥੇ ਜਾ ਕੇ ਫਿਟ ਕਰਦੇ ਆਂ ਪੰਜਾਬ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਦੋਸਤੋ ਜੇ ਪੰਜਾਬ ਦੀ ਗੱਲ ਕਿਤੇ ਕੀਤੀ ਜਾਂਦੀ ਆ ਤਾਂ ਦੋ ਅਹਿਮ ਗੱਲਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਂਦੀਆਂ ਨੇ ਹਰ ਕਿਸੇ ਦੇ ਦਿਮਾਗ ਦੇ ਵਿੱਚ ਤੇਜ਼ੀ ਨਾਲ ਦੋ ਗੱਲਾਂ ਧੋੜਦੀਆਂ ਨੇ ਇੱਕ ਤਾਂ ਪੰਜਾਬ ਦਾ ਖਾਣਾ ਪੀਣਾ ਅਤੇ ਦੂਜੀ ਗੱਲ ਪੰਜਾਬ ਦੇ ਵਿੱਚ ਟੈਲੈਂਟ ਟੈਲੈਂਟ ਦੀ ਗੱਲ ਅਕਸਰ ਅਸੀਂ ਕਿਉਂ ਕਰਦੇ ਹੁੰਨੇ ਆ ਕਿਉਂਕਿ ਤੁਹਾਡੀ ਮੁਲਾਕਾਤ ਵਕ ਵਕ ਤਰ੍ਹਾਂ ਦੇ ਅਸੀਂ ਲੋਕਾਂ ਨਾਲ ਕਰਾਉਂਦੇ ਆ ਵੱਖ-ਵੱਖ ਤਰ੍ਹਾਂ ਦੀਆਂ ਤੁਹਾਨੂੰ ਚੀਜ਼ਾਂ ਦਿਖਾਉਂਦੇ ਆ ਵੱਖ-ਵੱਖ ਤਰ੍ਹਾਂ ਦਾ ਟੈਲੈਂਟ ਦਿਖਾਉਂਦੇ ਆ ਅੱਜ ਅਸੀਂ ਪਹੁੰਚੇ ਆ ਮੋਗਾ ਦੇ ਨੇੜੇ ਕੋਟਕਪੂਰਾ ਕੋਲੇ ਦੁਕਾਨ ਆ ਪਾਜੀ ਦੀ ਸੋ ਗੱਲਬਾਤ ਕਰਾਂਗੇ ਪਾਜੀ ਸਾਡੇ ਨਾਲ ਮੌਜੂਦ ਨੇ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗਗਨ ਬਾਬਾ ਜੀ ਵੀਡੀਓਜ਼ ਦੇਖ ਰਿਹਾ ਸੀ ਮੈਂ ਤੁਹਾਡੀਆਂ ਤੇ ਵੀਡੀਓਜ਼ ਦੇ ਵਿੱਚੋਂ ਮੈਂ ਤਤ ਇੱਕ ਚੀਜ਼ ਦਾ ਕੱਢਿਆ ਵੀ ਅਕਸਰ ਅਸੀਂ ਦੇਖਦੇ ਆਂ ਗੱਡੀਆਂ ਦੇ ਵਿੱਚ ਤਾਂ ਏਸੀ ਫਿੱਟ ਆਉਂਦੇ ਆ ਗੱਡੀਆਂ ਦੇ ਵਿੱਚ ਦੁਕਾਨ ਵਾਲੇ ਫਿੱਟ ਵੀ ਕਰ ਦਿੰਦੇ ਆ ਪਰ ਤੁਸੀਂ ਕਰੇਨਾ ਦੇ ਵਿੱਚ ਵੀ ਕਰੀ ਜਾਂਦੇ ਹੋ ਟਰੱਕਾਂ ਦੇ ਵਿੱਚ ਵੀ ਕਰੇ ਜਾਂਦੇ ਹੋ ਟਰੈਕਟਰਾਂ ਦੇ ਵਿੱਚ ਵੀ ਕਰੀ ਜਾਂਦੇ ਹੋ ਇਹਦਾ ਕੀ ਹੈ ਇਹਦਾ ਸਮਝਾਓ ਥੋੜਾ ਜਿਹਾ ਇਹ ਸਰ ਜਿਹੜੀ ਵੀ ਕਾਰ ਦੇ ਵਿੱਚ ਇੰਜਨ ਲੱਗਿਆ ਤੇ ਚਾਰ ਟਾਇਰ ਲੱਗੇ ਵੀ ਉਹ ਤੁਰਦੀ ਆ ਚਾਰ ਆ ਤਿੰਨ ਭਲਾਂ ਦੀ ਭਲਾਂ ਦੀ 8 ਤੇ ਭਲਾਂ ਦੀ 16 ਉਹਦੇ ਵਿੱਚ ਅਸੀਂ ਏਸੀ ਫਿੱਟ ਕਰਦੇ ਆਂ अच्छा जी कोई भी सज्जन मित्र जिने भी ਕਰਾਉਣਾ ਵਾ ਸਸਤਾ ਮਹਿੰਗਾ ਹਰ ਇੱਕ ਤਰ੍ਹਾਂ ਦੇ ਏਸੀ ਆ ਸਾਡੇ ਕੋਲੇ ਤੇ ਉਹ ਆ ਕੇ ਸਾਡੇ ਨਾਲ ਕੰਟੈਕਟ ਕਰੇ ਅਪਾਇੰਟਮੈਂਟ ਲੈ ਕੇ ਤੇ ਕਰਵਾ ਸਕਦਾ ਜੀ اچھا ਜੀ ਜਿਹੜਾ ਤੁਸੀਂ ਰੀਜਨ ਪੁੱਛਿਆ ਵੀ ਕਿਉਂ ਕਰਦੇ ਹੋ ਕਿਉਂਕਿ ਇੱਕ ਤਾਂ ਸਾਡਾ ਇਹ ਬਿਜ਼ਨਸ ਆ ਜੀ اچھا ਜੀ ਕਾਰ ਏਸੀ ਦਾ 에어 ਕੰਡੀਸ਼ਨ ਦਾ ਉਸ ਕਰਕੇ ਮੇਨਲੀ ਸਾਡਾ ਬਿਜ਼ਨਸ ਹੀ ਹੈ اچھا ਜੀ ਤੇ ਪਲੱਸ ਲੋਕਾਂ ਨੂੰ ਸਹੂਲਤ ਆ ਜੀ ਏਸੀ ਲਾ ਕੇ ਦੇਈਦਾ ਹਾਂਜੀ ਅੱਛਾ ਭਾਜੀ ਇਹ ਜਿਹੜਾ ਕੀਤਾ ਤੁਹਾਡਾ ਇਹ ਖਾਨਦਾਨੀ ਕੀਤਾ ਜਾਂ ਤੁਸੀਂ ਆਪ ਆਪਣੀ ਪੀੜ੍ਹੀ ਦੇ ਵਿੱਚ ਆ ਕੇ ਸ਼ੁਰੂ ਕੀਤਾ ਇਹਨੂੰ ਨਹੀਂ ਸਰ ਇਹ ਖਾਨਦਾਨੀ ਕੀਤਾ ਨੀਗਾ ਜੀ ਮੇਰੇ ਫਾਦਰ ਸਾਹਿਬ ਸੀਗੇ ਡਾਕਟਰ ਲਾਈਨ ਦੇ ਵਿੱਚ ਇਹ ਤਾਂ ਮੈਂ ਇਥੋਂ ਮੋਗੇ ਸਿਟੀ ਚੋਂ ਹੀ ਕੰਮ ਸਿੱਖਿਆ ਸੀਗਾ ਜੀ ਅੱਛਾ ਜੀ ਤੇ ਮੇਰੇ ਉਸਤਾਦ ਜੀ ਆ ਜਿਹੜੇ ਉਹਨਾਂ ਦੀ ਫੁੱਲ ਕਿਰਪਾ ਵਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਐਵੇਂ ਚੱਲੀ ਜਾਂਦੇ ਜੀ ਹਾਂਜੀ ਹਾਂਜੀ अच्छा एक गल और मैं देखदा सी के तुसी अपनी ਗੱਲਬਾਤ ਦੇ ਦੌਰਾਨਾ ਜ਼ਿਕਰ ਕੀਤਾ ਹੈ ਕਿ ਜਿਹੜੀ ਸਾਡੀ ਮਸ਼ੀਨਰੀ ਆ ਉਹ ਸਾਰੀ ਫੋਰਨ ਤੋਂ ਇੱਥੇ ਆਉਂਦੀ ਆ ਉਹਦੇ ਬਾਰੇ ਵੀ ਦੱਸੋ ਸਾਡੇ ਸਰੋਤਿਆਂ ਹਾਂਜੀ ਇਹ ਸਰ ਮਸ਼ੀਨਰੀ ਜਿਵੇਂ ਕੰਪਰੈਸ਼ਰ ਆ ਸਰ ਉਹ ਅਸੀਂ ਜਿਹੜੀਆਂ ਇੰਪੋਰਟਡ ਕਰਾਂ ਵਧੀਆ ਜਿਹੜੀਆਂ ਬਾਹਰਲੇ ਮੁਲਕਾਂ ਚ ਵੀ ਆ ਉਹਨਾਂ ਦੇ ਸਾਡੇ ਕੋਲੇ ਹੁੰਦੇ ਆ ਜਿਹੜੀਆਂ ਇੱਧਰ ਚੱਲਦੀਆਂ ਆ ਕੰਪਨੀ ਦੇ ਓਨਰ ਦੇ ਨਵੇਂ ਵੀ ਹੁੰਦੇ ਆ ਆ ਵੇਖੋ ਸਰ ਹੁਣ ਤੁਹਾਨੂੰ ਮੈਂ ਜਿਵੇਂ ਮਸ਼ੀਨਰੀ ਜਿਹੜੇ ਇੰਪੋਰਟ ਹੋ ਕੇ ਆਉਂਦੇ ਉਹ ਦਿਖਾਉਣਾ ਜੀ ਅ ਜਿਹੜਾ ਕੰਪਰੈਸ਼ਰ ਹੈ ਜੀ ਆਡੀ ਕਾਰ ਦਾ ਜੀ ਅੱਛਾ ਜੀ ਹਾਂ ਜੀ ਇਹ ਹੁਣ origignal ਆ ਜੀ ਸਟicker ਉਵੇਂ ਹੀ ਲੱਗੇ ਹੋਏ ਆ ਤੇ ਅਸੀਂ ਸੈਕੰਡ ਹੈਂਡ ਕਹਿ ਕੇ ਵੇਚਣਾ ਹੈ ਅੱਛਾ ਜੀ ਹਾਂ ਜੀ ਉਹ ਇਹ ਕਿਉਂ ਸੈਕੰਡ ਹੈਂਡ ਕਹਿ ਕੇ ਤੂੰ ਵੇਚਣਾ ਇਹ ਸਰ ਅਸੀਂ ਖਰੀਦੇ ਵੀ ਸੈਕੰਡ ਹੈਂਡ ਕਹਿ ਕੇ ਹੀ ਆ ਉਵੇਂ ਹੀ ਵੇਚਦੇ ਆ ਦੁਬਈ ਚੋਂ ਆਏ ਹੋਏ ਆ ਜੀ ਅੱਛਾ ਦੁਬਈ ਜਿਵੇਂ ਆ ਹਜੇ ਤੱਕ ਇਹਦੇ ਉੱਪਰ ਲੇਬ ਨਹੀਂ ਖੁੱਲੇ ਸਰ ਠੀਕ ਹੈ ਜੀ ਨਾ ਹੀ ਇਹ ਚਾਈਨੀਸ ਆ ਠੀਕ ਹੈ ਜੀ ਨਾ ਹੀ ਇਹ ਇੰਪੋਰਟ ਆ ਕੋਈ ਫਿਟਡ ਆ ਇਹ origignal compressor ਹੈ ਜੀ ਦੁਬਈ ਚੋਂ ਆਉਂਦੇ ਆ ਸ਼ਾਰਜਾ ਚੋਂ ਠੀਕ ਆ ਹਾਂਜੀ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਦਿਖਾਉਣਾ ਚਲੋ ਇਹ ਤਾਂ ਆਡੀ ਦਾ ਹੋ ਗਿਆ ਹਾਂਜੀ ਨਵੇਂ ਨਾਲੋਂ ਬਹੁਤ ਜ਼ਿਆਦਾ ਸਸਤਾ ਜੀ ਇਹ ਆਹ ਕ੍ਰੇਟਾ ਦਾ ਜੀ ਠੀਕ ਹੈ ਜੀ ਐਵੇਂ ਹੀ ਕ੍ਰੇਟਾ ਦਾ ਜੀ ਇਹ ਵੀ ਹਜੇ ਤੱਕ ਗੱਡੀਆਂ ਦੇ ਨਾਲ ਫਿੱਟ ਨਹੀਂ ਹੋਏ ਜੀ ਇਹ ਅੱਛਾ ਜੀ ਹਾਂਜੀ ਹੁੰਦੇ ਇਹ ਸਰ ਮੈਂ ਪੁਰਾਣੇ ਕਹਿ ਕੇ ਦੇਣੇ ਆ ਹੁੰਦੇ ਜਮਨ ਨਵੇਂ ਆ ਜੀ ਨਵੇਂ ਵਰਗੇ ਲਾ ਲੋ ਠੀਕ ਹੈ ਜੀ ਹਾਂ ਜੀ ਤੇ ਹੋਰ ਦੱਸੋ ਹੋਰ ਕਿਹੜੇ ਆ ਤੁਹਾਡੇ ਕੋਲੇ ਹੋਰ ਸਰ ਜਿਵੇਂ ਆਹ ਸਰ 507 ਦਾ ਕੰਪਰੈਸ਼ਰ ਆ ਇਹ ਸਾਡੇ ਆਪ ਦੇ ਬੰਬੇ ਤੋਂ ਬਣਵਾ ਕੇ ਲਿਓਨੇ ਆ ਜੀ ਅੱਛਾ ਜੀ ਇਹ ਪੁਰਾਣੇ ਹੁੰਦੇ ਇਹਨਾਂ ਨੂੰ ਇਹਦੀ ਥੋੜੀ ਫਿਨਿਸ਼ਿੰਗ ਬਣਾਈ ਹੋਈ ਵੀ ਆ ਜੀ ਠੀਕ ਹੈ ਜੀ ਪੁਲੀ ਪਾਲੀ 베アリング ਨਵਾਂ ਕਰਕੇ ਅੱਛਾ ਜੀ ਵੀ ਜਿਨੇ ਜਮੇ ਥੋੜੇ ਪੈਸੇ ਲਾਉਣੇ ਆ ਜਾਂ ਗੱਡੀ ਕਿਸੇ ਕੋਲੇ ਸਸਤੀ ਆ ਕਿਸੇ ਕੋਲੇ ਮਹਿੰਗੀ ਹੋ ਆ ਡਡ ਉਹਦੀ ਹੁੰਦੀ ਆ ਭਈ ਮੈਂ ਕਿੰਨੇ ਪੈਸੇ ਲਾਵਾਂ ਵੱਧ ਜਾਂ ਘੱਟ ਇਹ ਘੱਟ ਪੈਸਿਆਂ ਚ ਵੀ ਅਸੀਂ ਚਾਲੂ ਕਰ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਦੱਸੋ ਹੋਰ ਮੈਂ ਕਿਉਂਕਿ ਤੁਸੀਂ ਮੈਂ ਨਾ ਦੇਖਿਆ ਤੁਸੀਂ ਟਰੈਕਟਰਾਂ ਚ ਤੇ ਟਰੱਕਾਂ ਦੇ ਵਿੱਚ ਫਿੱਟ ਕਰਦੇ ਹੋ ਨਾਲ ਦੇ ਨਾਲ ਕਰੇਨਾ ਦੇ ਵਿੱਚ ਵੀ ਫਿੱਟ ਕਰਦੇ ਆ ਉਹਦੀ ਮਸ਼ੀਨਰੀ ਦਿਖਾਓ ਸਾਨੂੰ ਉਹ ਸਰ ਆਹ ਵੇਖੋ ਜੀ ਆਹ ਹੈਗਾ ਪੁਲੀ 8ਪੀਕੇ 8ਪੀਕੇ ਦੀ ਬੈਲਟ ਚੱਲਦੀ ਹੈ ਜਿਹੜੀ ਜੀਸੀਬੀ 3ਡੀਐਕਸ ਹੈ ਜੀ ਨਵਾਂ ਮਾਡਲ ਉਹ ਚਲਾਉਂਦੇ ਆ ਸਰ ਇਹ ਸੀ ਤੇ ਪੂਰਾ ਇਹਨ ਗਰੰਟੀ ਵੀ ਦੇਈ ਦੀ ਉਹਦੀ ਪੂਰਾ ਵਧੀਆ ਏ ਸੀ ओरिजिनल ਆ ਜੀ ਇਹ ਢੱਬਾ ਬੰਦ ਆ ਜੀ ਹਾਂਜੀ ਸੈਂਡਨ ਕੰਪਨੀ ਦਾ ਠੀਕ ਹੈ ਜੀ ਤੇ ਸੈਂਡਨ ਕੰਪਨੀ ਦਾ ਜਿਵੇਂ ਟਰੱਕ ਆਉਂਦੇ ਆ ਸਰ ਹੈਵੀ ਡਿਊਟੀ ਹਾਂਜੀ ਅ ਇੱਕ ਦਾ ਟਰੱਕਾਂ ਦੇ ਵਿੱਚ ਜਿਹੜੇ ਬਾਜ ਦੇ ਵਿੱਚ ਅਸੀਂ ਲੱਗਦੇ ਆ ਉਹ ਥੋੜੇ ਜੇ ਅਸੈਂਬਲ ਕਰਕੇ ਲਾਈਦੇ ਆ ਠੀਕ ਹੈ ਜੀ ਜਿਵੇਂ ਹੁਣ ਅਸ਼ੋਕਾ ਲੈ ਲੈਣ ਦੇ ਹੋਗੇ ਹੋਰ ਤੇ ਇੱਕ ਜਿਹੜੇ ਟਰੱਕ ਦੇ ਵਿੱਚ ਕੰਪਨੀ ਅਸੀਂ ਲਾ ਕੇ ਦਿੰਦੀ ਆ ਉਹ ਵੀ ਆ ਸਾਡੇ ਕੋਲੇ ਉਹ ਆ ਜੀ ਜੇ ਕਿਸੇ ਨੇ ਆ ਲਵਾਉਣਾ ਟਰੱਕ ਦੇ ਵਿੱਚ ਟਾਟਾ ਦੇ ਵਿੱਚ ਇਹ ਵੀ ਲਾ ਦਾਂਗੇ ਪਰ ਇਹ ਮਹਿੰਗਾ ਪੈ ਜਾਂਦਾ ਅੱਛਾ ਜੀ ਤੇ ਪਰਫਾਰਮੈਂਸ ਉਹਦੀ ਜਿਹੜਾ ਅਸੈਂਬਲਡ ਆ ਤੇ ਇਹਦੀ ਇੱਕ ਹੀ ਆ ਜੀ ਇਹ ਵੀ ਸੈਂਡਨ ਕੰਪਨੀ ਦਾ ਜਿਹੜਾ ਨਾਲ ਲੱਗ ਕੇ ਆਉਂਦਾ ਟਰੱਕ ਦੇ ਵਿੱਚ ਉਹ ਕੰਪ੍ਰੈਸ਼ਨ ਹੈ ਜੀ ਕੁਆਲਿਟੀ ਮਤਲਬ ਇੱਕੋ ਹੀ ਆ ਇੱਕੋ ਹੀ ਸਰ ਉਹੀ ਚੀਜ਼ ਆ ओरिजिनल ਹਾਂਜੀ ओरिजिनल ਬਾਕੀ ਆ ਬਲੇਰੋ ਗੱਡੀ ਚਾ ਜੀ ਮੈਸੀ ਟਰੱਕ ਜਿਹੜੇ ਚੱਲਦੇ ਆ ਬੀ ਐਸ 6 ਇੰਜਨ ਉਹਨਾਂ ਦੇ ਆ ਜੀ ਠੀਕ ਆ ਜੀ ਆ 2000 ਤੇ 2022 ਮਾਡਲ ਜਿਹੜੀਆਂ ਆਪਣੀਆਂ Swift Patrol ਆ Desire Patrol ਉਹਨਾਂ ਦੇ ਕੰਪਰੈਸ਼ਰ ਆ ਜੀ ਨਵੇਂ ਅੱਛਾ ਜੀ ओरिजिनल ਜੀ ਤੇ ਭਾਈ ਜੀ ਨਾਲ ਦੇ ਨਾਲ ਹੁਣ ਮੈਂ ਚਾਹੂੰਗਾ ਪ੍ਰਾਈਸ ਵੀ ਤੁਸੀਂ ਦੱਸ ਦੋ ਕਿਉਂਕਿ ਪ੍ਰਾਈਸ ਦੀ ਵੀ ਤੁਹਾਡੀ ਚਰਚਾ ਬਹੁਤ ਛੇੜੀ ਹੋਈ ਆ ਬਈ ਕਿਤੇ ਨਾ ਕਿਤੇ ਮਨਾਂ ਚ ਸਵਾਲ ਆ ਬਈ ਇਹ ਬੰਦਾ ਜਾਂ ਤਾਂ ਪਾਗਲ ਬਣਾ ਰਿਹਾ ਜਾਂ ਕੁਝ ਹੋਰ ਕਰ ਰਿਹਾ ਵਾ ਇੰਨੇ ਘੱਟ ਰੇਟ ਤੇ ਕੰਪਨੀ ਨਾਲੋਂ ਵੀ ਘੱਟ ਰੇਟ ਤੇ ਤੁਸੀਂ ਦਿੰਨੇ ਹੋ ਮੈਂ ਵੀਡੀਓ ਜਿਵੇਂ ਤੁਸੀਂ ਵਾਇਰਲ ਹੋ ਰਹੀਆਂ ਤੁਹਾਡੀਆਂ ਹੌਣ ਸਰ ਇੱਕ ਬੰਦੇ ਦਾ ਪ੍ਰਾਈਸ ਦੀ ਤੁਹਾਨੂੰ ਦੱਸਦਾ ਉਹ ਦੁਬਈ ਚ ਹੁਣਾ ਉਹ ਕਹਿੰਦਾ ਵੀ ਦੁਬਈ ਚ ਤਾਂ ਇੰਨੇ ਸਸਤੇ ਹੈ ਨਹੀਂ ਤੁਸੀਂ ਝੂਠ ਬੋਲਦੇ ਹੋ ਅੱਛਾ ਜੀ ਫਿਰ ਹੁਣ ਮੈਂ ਸਮਝਾਇਆ ਵੀ ਇਹ ਆਉਂਦੇ ਦੁਬਈ ਚੋਂ ਆ ਜਿਹੜਾ ਮੈਂ ਕਿਹਾ ਤੁਸੀਂ ਲੈਨੇ ਦੁਕਾਨਾਂ ਤੋਂ ਸਮਾਨ ਅੱਛਾ ਜੀ ਉਹ ਕਿਸੇ ਜਿਵੇਂ ਕਿਸੇ ਦਾ ਦੁਬਈ ਚ ਕੰਪਰੈਸ਼ਰ ਖਰਾਬ ਹੋ ਗਿਆ ਇੱਧਰਲੇ ਪੰਜਾਬੀ ਹਰੇਕ ਦੇਸ਼ ਦੀ ਹੈ ਅਗਲਾ ਦੁਕਾਨ ਤੇ ਜਾਂਦਾ ਉੱਥੇ ਦਿਨਾਰ ਚੱਲਦੇ ਆ ਕੋਈ 100 ਦਿਨਾਰ ਦਾ ਕੋਈ 50 ਦਾ ਇਸ ਤਰ੍ਹਾਂ ਲੈਂਦੇ ਆ ਅੱਛਾ ਜੀ ਇਹ ਅਸੀਂ ਦੁਕਾਨਾਂ ਤੋਂ ਨਹੀਂ ਲੈਂਦੇ ਇਹ ਉੱਥੇ ਜਿਹੜੀ ਮਾਰਕੀਟ ਹਨ 올ਡ ਮਾਰ ਸਪੇਅਰ ਪਾਰਟ ਮਾਰਕੀਟ ਇਹ ਉਥੋਂ ਲੈ ਜਾਂਦੇ ਆ ਜੀ ਅੱਛਾ ਜੀ ਹੁੰਦੇ ਨਵੇਂ ਵਰਗੇ ਆ ਜੀ ਠੀਕ ਹੈ ਜੀ ਤਾਂ ਕਰਕੇ ਸਸਤੇ ਆ ਇਹ ਮੈਂ ਵੀਡੀਓ ਲੋਕ ਪੂਰੀ ਵੇਂਦੇ ਨਹੀਂ ਜੀ ਪਹਿਲਾਂ ਹੀ ਦਿਮਾਗ 'ਚ ਉਹਨਾਂ ਦੇ ਬਸ ਦਿਮਾਗ 'ਚ ਕੁਕਣ ਲੱਗ ਜਾਂਦਾ ਦੱਸਿਆ ਜਾਂਦਾ ਇਹ ਆ ਕਿ ਇਹ ਪੁਰਾਣੇ ਆ ਹੈ ਨਵੇਂ ਆ ਅੱਛਾ ਜੀ ਉਹਦੇ ਵਿੱਚ ਦੋ ਚੀਜ਼ਾਂ ਮੈਂ ਪੁਰਾਣਾ ਕਹਿ ਕੇ ਦੇ ਰਿਆਂ ਹੈ ਪਰ ਇਹ ਨਵਾਂ ਬਿਦੌਅ ਡੱਬਾ ਵਾ ਜੀ ਦੁਬਈ ਚੋਂ ਆਉਂਦੇ ਆ ਇਹ ਕੰਪਨੀ ਦੇ ਜਿਹੜੇ ਹੁੰਦੇ ਆ ਨਾ ਜਿਵੇਂ ਕੋਈ ਮੜੀ ਮੋਟੀ ਪੁਲੀ ਤੇ ਛਰੀਟਾ ਜੀ ਜਾਂ ਹੋਰ ਉਹ ਐ ਸਿਸਟਮ ਜੀ ਅੱਛਾ ਅੱਛਾ ਕੰਪਨੀ ਦੇ ਵਿੱਚ ਕਿੰਨੇ ਰੇਟ ਮਿਲਦਾ ਇਹਦੇ ਇਹਦਾ ਤੇ ਤੁਹਾਡੇ ਕੋਲੇ ਕਿੰਨਾ ਕੋ ਮਿਲ ਜਾਊਗਾ ਜਿਵੇਂ ਹੁਣ ਔਡੀ ਗੱਡੀ ਆ ਜੀ ਉਹਦਾ ਤਾਂ ਸਰ ਜੈਂਸੀ ਦੇ ਵਿੱਚ ਜਾਈਏ 80 90000 ਆਰਾਮਦਰੀ ਨਾ ਹੋਊਗਾ ਜੀ ਠੀਕ ਹੈ ਜੀ ਅਸੀਂ ਇਹ ਤੁਹਾਡੇ ਕਹਿਣ ਤੇ ਵੈਸੇ ਤਾਂ ਅਸੀਂ ਥੋੜਾ ਪ੍ਰੋਟੋਵਿਲ ਵਾਲੀ ਦਾ 5000 6000 ਦੇ ਵਿੱਚ ਦੇ ਦਾਂਗੇ ਜੀ ਮਤਲਬ ਥਰਡ ਪ੍ਰਾਈਸ ਤੇ ਆ ਜਾਓਗੇ ਥਰਡ ਤੋਂ ਵੀ ਨੀਚੇ ਹੀ ਆ ਗਏ ਤੁਸੀਂ ਤੀਜਾ ਹਿੱਸਾ ਵੀ ਤੁਸੀਂ ਛੱਡ ਦਿਓ ਹੁਣ ਚੌਥਾ ਵੀ ਮੈਂ ਕਹਿੰਦਾ ਛੱਡ ਹੀ ਦਿਓ ਤੁਸੀਂ ਜਮਾ ਹੀ ਲੋ ਤੇ ਆ ਰਹੇ 5000 ਬਹੁਤ ਥੋੜੀ ਰਕਮ ਆ ਇਹ ਇਹਦੇ ਵਿੱਚ ਸਾਡੇ ਕੋਲੇ ਮਰਸੀਡੀਜ਼ ਵੀ ਪਏ ਆ ਇਸੇ ਚ ਜਿਵੇਂ ਸੇਮ ਪ੍ਰਾਈਸ ਤੇ ਇਸ ਤੋਂ 800 ਮੈਂ ਦਿਖਾਉਣਾ ਜੀ ਇੱਕ ਚਲੋ ਵੈਸੇ ਇਹ ਡੱਬਾ ਪੈਕ ਇਹ ਵੀ ਆ 300 ਕੰਪਨੀ ਦਾ ਮਰਸੀਡੀਜ਼ ਦਾ ਜੀ ਇਹ ਵੀ ਅੱਛਾ ਜੀ ਹਾਂਜੀ ਤੇ E350 ਇਹ ਡੱਬਾ ਬੰਦ ਦਾ ਅੱਛਾ ਜੀ ਨਵੇਂ ਸਾਡੇ ਕੋਲੇ ਇੰਡੀਅਨ ਡੱਬਾ ਬੰਦ ਵੀ ਪਏ ਆ ਇਹ ਵੀ ਪਏ ਆ ਮਤਲਬ ਬਾਹਰ ਵਾਲੀ ਕੰਪਨੀਆਂ ਦੇ ਵੀ ਪਏ ਇੰਡੀਅਨ ਵੀ ਪਏ ਆ ਠੀਕ ਆ ਹਾਂ ਜੀ ਮਰਸਡੀ ਆਡੀ ਦੋਨੇ ਤਰ੍ਹਾਂ ਦੇ ਪਏ ਆ ਆ ਵੀ ਤੇ ਆ ਵੀ ਜਿਹਦਾ ਜੀ ਕਰੇ ਬਾਹਰ ਲਾਲ ਵਾਲੇ ਜਿਹਦਾ ਜੀ ਕਰੇ ਇਹ ਘੱਟ ਪੈਸਿਆਂ ਚ ਕਈ ਸੋਚ ਲੈਂਦੇ ਉਧਰੋਂ ਪਤਾ ਨਹੀਂ ਕਹਿਵ ਜਾ ਹੋਊਗਾ ਵੀ ਜਿਹਦੇ ਕੋਲ ਹੁਣ ਆਡੀ ਆ ਜਾਂ ਬੀਐਮ ਉਹ ਵਧੀਆ ਪੇਮੈਂਟ ਲਾਉਂਦੇ ਆ ਗੱਡੀਆਂ ਵਧੀਆ ਹੁੰਦੀਆਂ ਉਹਨਾਂ ਨੂੰ ਦੋਨੋਂ ਹੀ ਦਿਖਾ ਦੇਦੇ ਜਿਹੜਾ ਕਹਿੰਦਾ ਉਹੀ ਲਾ ਦੇ ਦਿਆ ਅੱਛਾ ਜੀ ਹਾਂਜੀ ਤੇ ਸਰ ਮੈਂ ਹੁਣ ਪੁੱਛਣਾ ਚਾਹੂੰਗਾ ਤੁਹਾਡੇ ਕੋਲੇ ਕਿ ਇਹ ਜਿਹੜੀ ਦੁਕਾਨ ਆ ਕਾਫੀ ਪੁਰਾਣੀ ਮੇਰੇ ਸੁਣਨ ਦੇ ਵਿੱਚ ਆਈ ਆ ਤੁਸੀਂ ਆਪ ਦੇ ਮੂੰਹੋਂ ਦੱਸ ਦੋ ਤਾਂ ਕਿ ਜਿਹੜੇ ਪਬਲਿਕ ਸਾਨੂੰ ਦੇਖ ਰਹੀ ਆ ਉਹਨਾਂ ਨੂੰ ਵੀ ਸਹੀ ਤਰ੍ਹਾਂ ਨਾਲ ਪਤਾ ਲੱਗ ਸਕੇ ਹਾਂਜੀ ਇਹ ਦੁਕਾਨ ਆਪਣੀ 1996 ਤੋਂ ਆ ਜੀ ਜਦੋਂ ਟਾਵੀਆਂ ਟਾਵੀਆਂ ਗੱਡੀਆਂ ਦੇ ਵਿੱਚ ਏਸੀ ਹੁੰਦੇ ਸੀ ਜਿਵੇਂ ਅਗਲਾ ਕਹਿੰਦੇ ਇਸ ਗੱਡੀ 'ਚ ਏਸੀ ਆ ਉਦੋਂ ਬਹੁਤ ਵੱਡੀ ਗੱਲ ਹੁੰਦੀ ਸੀਗੀ ਜੀ ਅਜ ਤੋਂ 26-27 ਸਾਲ ਪਹਿਲਾਂ ਹਾਂਜੀ ਹੁਣ ਤਾਂ इजीली ਆ ਜੀ ਕੰਮ ਹਾਂਜੀ 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 ਉਦੋਂ ਘਰਾਂ ਚ ਵੀ ਨਹੀਂ ਏਸੀ ਹੁੰਦੇ ਸੀ ਜਿਆਦਾ ਪਿੰਡਾਂ 'ਚ ਤਾਂ ਇੱਕ ਅੱਧੇ ਕਿਸੇ ਦੇ ਹੁੰਦਾ ਸੀਗਾ ਜੀ ਤੇ ਓਵੇਂ ਗੱਡੀਆਂ 'ਚ ਅੱਛਾ ਜੀ ਹਾਂਜੀ ਤੇ ਜਿਵੇਂ ਟਰੈਕਟਰ ਤੇ ਤੁਸੀਂ ਏਸੀ ਫਿੱਟ ਕਰਦੇ ਹੋ ਤੇ ਟਰੈਕਟਰ ਦੇ ਉੱਤੇ ਨਾ ਛੱਤ ਜੀ ਬਣਾਣੀ ਪੈਂਦੀ ਆਲੇ ਦੁਆਲੇ ਬਾਰਡਰ ਵੀ ਲਾਣੇ ਪੈਂਦੇ ਆ ਉਹਦੇ ਸ਼ੀਸ਼ਿਆਂ ਦੇ ਜਿਹੜੇ ਲੱਗਦੇ ਨੇ ਤੇ ਉਹਦਾ ਕੀ ਪ੍ਰੋਸੀਜਰ ਹੁੰਦਾ ਤੁਹਾਡੇ ਵੱਲੋਂ ਲਾਇਆ ਜਾਂਦਾ ਆ ਤੁਸੀਂ ਕਹਿ ਦਿੰਨੇ ਹੋ ਵੀ ਤੁਸੀਂ ਉਹ ਲਵਾ ਕੇ ਲਿਓ ਅਸੀਂ ਐਸੀ ਫਿੱਟ ਕਰਕੇ ਦੇ ਦੇਾਂਗੇ ਤੁਹਾਨੂੰ ਉਹਦੇ ਵਿੱਚ ਆ ਜੀ ਕਈਆਂ ਦੇ ਆਪਦੇ ਰਿਲੇਸ਼ਨ ਹੁੰਦੇ ਆ ਬੰਦਿਆਂ ਦੇ ਉਹ ਆਪ ਵੀ ਕੈਬਨ ਬਣਵਾ ਲਏ ਹੁੰਦੇ ਆ ਜਿਨ੍ਹਾਂ ਦਾ ਅਗਲਾ ਕਹਿੰਦਾ ਚਲ ਉਹਨਾਂ ਤੋਂ ਹੀ ਕੈਬਨ ਬਣਵਾਈਏ ਫਿਰ ਉਹ ਅਸੀਂ ਕੈਬਨ ਆਪ ਨਹੀਂ ਬਣਾਉਂਦੇ ਅਸੀਂ ਬਣਵਾ ਕੇ ਹੀ ਦਿੰਨੇ ਆ ਜੀ ਅੱਛਾ ਬਣਵਾ ਕੇ ਬਣਵਾ ਕੇ ਦਿੰਨੇ ਆ ਜੀ ਉਹਦੇ ਵਾਸਤੇ ਨਾ ਥੋੜਾ ਟਾਈਮ ਲੱਗਦਾ ਸਪੈਸ਼ਲ ਜੀ ਤੋਂ ਬੜਵਾਉਣੇ ਉਹ ਤੋਂ ਵੀ ਟਾਈਮ ਲੈਣਾ ਪੈਂਦਾ ਏਸੀ ਅਸੀਂ ਲਾ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਪੂਰਾ ਜੀ ਹੁਣ ਤੱਕ ਕਿੰਨੇ ਕੋ ਚਲੋ ਗਿਣਤੀ ਪੁੱਛਣੀ ਤਾਂ ਮੇਰੀ ਬਣਦੀ ਨਹੀਂ ਹੈਗੀ ਕਿਉਂਕਿ ਅਣਗਿਣਤ ਹੀ ਹੋਊਗੀ ਤੇ ਕੋਈ ਤੁਹਾਨੂੰ ਸ਼ਿਕਾਇਤ ਆਈ ਆ ਜਾਂ ਕਿਦਾਂ ਕੋਈ ਪ੍ਰੋਬਲਮ ਆਈ ਆ ਤੁਹਾਡੀ ਫਿਟਿੰਗ ਦੇ ਵਿੱਚ ਜਾਂ ਕਿਦਾਂ ਇਹ ਸਰ ਸ਼ਿਕਾਇਤ ਆਏ ਆ ਜੀ ਇਹ ਕੰਮ ਹੈਗਾ ਹਵਾ ਨੂੰ ਕੈਦ ਕਰਨ ਦਾ ਏਸੀ ਦਾ ਕੰਮ ਆ ਜਿਵੇਂ ਏਸੀ ਦੇ ਵਿੱਚ ਗੈਸ ਪੈਂਦੀ ਆ ਉਹਨੂੰ ਕੈਦ ਕਰਨਾ ਵੀ ਇਹ ਲੀਕਸ ਨਾ ਹੋਵੇ ਉਹ ਕਈ ਵਾਰੀ ਕਿਤੇ ਆਪਦੇ ਵੱਲੋਂ ਤਾਂ ਮੈਂ ਵੀ ਕੀ ਸਾਡੇ ਬੰਦੇ ਹੋਰ ਵੀ ਵਰਕਸ਼ਾਪਾਂ ਸਾਰੇ ਵਧੀਆ ਹੀ ਕੰਮ ਕਰਦੇ ਆ। ਬਿਲਕੁਲ। ਕਈ ਵਾਰੀ ਕਿਤੇ ਚੀਜ਼ ਕੋਈ ਕਮਜ਼ੋਰ ਹੁੰਦੀ ਆ ਤੇ ਉਹ ਥੋੜੇ ਸਮੇਂ ਬਾਅਦ ਗੈਸ ਲੀਕੇਜ ਹੋ ਜੇ ਉਹ ਚੀਜ਼ ਨਾਰਮਲ ਵੱਖਰੀ ਗੱਲ ਹੈ ਜੀ। ਉਹ ਜੇ 1000 ਗੱਡੀ ਦਾ ਕੰਮ ਕੀਤਾ ਵਿੱਚੋਂ ਇੱਕ ਦੋ ਨਾਰਮਲ ਐਵ ਜੀਆਂ ਚਕੇਤਾ ਵੈਸੇ ਆ ਜਾਂਦੀਆਂ ਇਕੱਲੇ ਸਾਡੇ ਨਾਲ ਨਹੀਂ ਉਹਨੇ ਇਹ ਸਾਰੇ ਮਕੈਨਿਕਾਂ ਕੋਈ ਵੱਲ ਹੀ ਆਉਂਦੀਆਂ ਜੀ। ਹਾਂਜੀ ਕਿਉਂਕਿ ਗੱਡੀਆਂ ਪ੍ਰਾਣੀਆਂ ਹੋ ਜਾਂਦੀਆਂ ਛੜਕਾਂ ਆਪਣੀਆਂ ਸੁੱਖ ਨਾਲ ਬਿਲਕੁਲ ਬਿਲਕੁਲ ਹੋਰੀਆਂ ਵਧੀਆ ਉਹ ਜਿਵੇਂ ਹਾਂਜੀ ਉਹ ਕਿਤੇ ਕਿਤੇ ਹੁੰਦੀ ਆ ਇਹ ਨਹੀਂ ਵੀ ਜਿਵੇਂ ਹਜ਼ਾਰ ਗੱਡੀ ਦਾ ਕੰਮ ਕੀਤਾ ਇੱਕ ਦੋ ਚਾਜੇ ਕੋਈ ਪੁਰਾਣੀ 올ਡ ਕਰ ਦੇ ਐ ਹੁਣ ਮੈਂ ਹੁਣ ਤੱਕ ਦੀ ਤਾਂ ਗਿਣਤੀ ਪੁੱਛਾਂਗਾ ਨਹੀਂ ਪਰ ਮੈਂ ਡੈਲੀ ਦੀ ਜ਼ਰੂਰ ਪੁੱਛਾਂਗਾ ਕਿ ਡੈਲੀ ਦੀ ਕਿੰਨੀ ਪੂਗਤਾਈ ਆ ਗੱਡੀਆਂ ਦੀ ਤੁਹਾਡੀ ਟਰੈਕਟਰ ਸਮੇਤ ਟਰੱਕ ਸਮੇਤ ਜਾਂ ਕ੍ਰੇਨ ਸਮੇਤ ਜਾਂ ਗੱਡੀ ਸਮੇਤ ਦਿੱਲੀ ਸਰ ਆਏ ਆ ਜੀ ਜਿਵੇਂ ਅੱਜ ਬਾਰਿਸ਼ ਦਾ ਬਾਰਿਸ਼ ਦਾ ਮੌਸਮ ਨਾ ਤੇ ਅੱਜ ਅਸੀਂ 16 17 ਕਾਰਾਂ ਦਾ ਕੀਤਾ ਕੰਮ ਜੀ अच्छा जी हां जी ਜਿਹਦੇ ਵਿੱਚੋਂ 6-7 ਅਸੀਂ ਕੰਪਰੈਸ਼ਰ ਲਾਏ ਆ ਸਰਵਿਸਾਂ ਕੀਤੀਆਂ ਜਾਂ ਇੱਕ ਉਹ ਹੁਣ ਮਰੂਤੀ 78 ਲੱਗ ਰਿਹਾ ਆ ਵੀਰ ਜੀ ਹੁਣੀ ਆਏ ਆ ਕੂਮਕਲਾ ਪਿੰਡ ਤੋਂ ਆਪਣਾ ਲੁਧਿਆਣੇ ਕੋਲੇ ਆ اچھا ਜੀ ਇਹਨਾਂ ਦੀ ਸਫਾਰੀ ਸਟ੍ਰੋਂਗ ਦਾ ਖਰਾਬ ਸੀ ਕੰਪਰੈਸ਼ਰ ਤੇ ਇਹਨਾਂ ਨੇ ਪਹਿਲਾਂ ਉੱਥੇ ਟ੍ਰਾਈ ਕੀਤਾ ਲੁਧਿਆਣੇ ਫਿਰ ਆਪਾਂ ਨੂੰ ਕਾਲ ਲਈ ਉਹਨਾਂ ਦੇ ਲਾ ਰਹੇ ਆ ਤੇ ਗਰਮੀਆਂ ਦੇ ਵਿੱਚ ਜਦੋਂ ਪੂਰੀ ਗਰਮੀ ਹੁੰਦੀ ਹੈ ਉਦੋਂ ਤਾਂ ਬਸ ਐ ਹੁੰਦਾ ਜੀ ਵੀ ਫੋਨ ਵੀ ਬਹੁਤ ਆਉਂਦੇ ਆ ਗੱਡੀਆਂ ਵੀ ਬਹੁਤ ਆਉਂਦੀਆਂ ਜਾਂਦੀਆਂ ਉਦੋਂ ਅਸੀਂ 30 35 40 ਗੱਡੀਆਂ ਦਾ ਕੰਮ ਕਰਦੇ ਆ ਵਿੱਚ ਟਰੱਕ ਫਿਟਿੰਗ ਵਿੱਚ ਹੀ ਜੀਸੀਬੀ ਆ ਗਈ ਕੋਈ ਜਾਂ ਹੋਰ ਇਹ ਤੁਸੀਂ ਆਪ ਉਹਨਾਂ ਨੂੰ ਅਪਾਇੰਟਮੈਂਟ ਦਿੰਨੇ ਹੋ ਜਾਂ ਉਹ ਤੁਹਾਨੂੰ ਕਹਿੰਦੇ ਨੇ ਜਾਂ ਉਹਨਾਂ ਦਾ ਕੋਈ ਦਿਨ ਹੁੰਦਾ ਫੋਨ ਕਰਕੇ ਕਹਿ ਦਿੰਦੇ ਆ ਅਸੀਂ ਇਸੇ ਦਿਨ ਆਵਾਂਗੇ ਜਾਂ ਤੁਸੀਂ ਆਪ ਕੋਈ ਸਿਸਟਮ ਬਣਾਇਆ ਹੋਇਆ ਇਹ ਸਰ ਕਸਟਮਰ ਦੇ ਜਦੋਂ ਗਰਮੀ ਲੱਗਦੀ ਏਸੀ ਖਰਾਬ ਹੋ ਜਾਂਦਾ ਉਹਨਾਂ ਦਾ ਤਾਂ ਦਿਨ ਉਦੋਂ ਹੀ ਸ਼ੁਰੂ ਹੋ ਜਾਂਦਾ ਅੱਛਾ ਜੀ ਵੀ ਫੋਨ ਲਾਈਏ ਕਿਸੇ ਵੀ ਮਹਤਰੀ ਨੂੰ ਜਾਂ ਸਾਨੂੰ ਲਾਉਂਦੇ ਆ ਉਹ ਫਿਰ ਫੋਨ ਲਾ ਲੈਂਦੇ ਆ ਫਿਰ ਉਹਨਾਂ ਨੂੰ ਅਸੀਂ ਟਾਈਮ ਦੇ ਦਿੰਨੇ ਆ ਜਾਂਦੇ ਆ ਅੱਛਾ ਕਈ ਮੇਰੇ ਵੀ ਡਾਇਰੈਕਟਲੀ ਹੋਈ ਆ ਜਾਂਦੇ ਆ ਫਿਰ ਉਹ ਵੇਟ ਕਰਦੇ ਆ ਪਰ ਅਸੀਂ ਨਾਰਾਜ਼ ਕਿਸੇ ਨੂੰ ਨਹੀਂ ਕਰਦੇ ਕੋਸ਼ਿਸ਼ ਕਰੀ ਦੀ ਵੀ ਉਹਨਾਂ ਦਾ ਵੀ ਅਸੀਂ ਪੂਰਾ ਵਧੀਆ ਢੰਗ ਤਰੀਕਾ ਨਾਲ ਕੰਮ ਕਰਕੇ ਤੋਰ ਗਏ ਸਰ ਕਿੰਨੇ ਕੋ ਲੇਬਰ ਆਪਣੇ ਕੋਲ ਇੱਥੇ ਕੰਮ ਕਰਦੇ ਆ ਮੁੰਡੇ ਕਿਹੜੇ ਕੰਮ ਕਰਦੇ ਕਿੰਨੀ ਗਿਣਤੀ ਆ ਉਹਨਾਂ ਦੀ ਤਾਂ ਕਿ ਕਿਉਂਕਿ ਤੁਸੀਂ ਦੱਸਿਆ 96 ਦੀ ਦੁਕਾਨ ਚੱਲਦੀ ਆ ਰਹੀ ਆ ਤੇ ਕਾਫੀ ਤੁਹਾਡਾ ਜਿਹੜਾ ਕੰਮ ਅਸੀਂ ਦੇਖਿਆ ਵਾ ਵਧੀਆ ਚੱਲਦਾ ਵੀ ਆ ਜਿਵੇਂ ਤੁਸੀਂ ਵੀ ਕਹਿੰਦੇ ਹੋ ਤੇ ਕਿੰਨੀ ਕੋ ਗਿਣਤੀ ਆ ਇੱਥੇ ਮੁੰਡਿਆਂ ਦੀ ਤਾਂ ਕਿ ਪਬਲਿਕ ਨੂੰ ਕੋਈ ਔਖ ਨਾ ਹੋਵੇ ਜਿਹੜਾ ਇੱਥੇ ਕੰਮ ਕਰਾਣ ਆਵੇ ਮੁੰਡੇ ਸਾਡੇ ਕੋਲ ਸਰ 12 ਵਰਕਸ਼ਾਪ ਚ ਆ ਜੀ ਤਿੰਨ ਚਾਰ ਇਧਰ ਸਪੇਅਰ ਪਾਰਟ ਚ ਆ ਮੇਰੇ ਸਮੇਤ ਚਾਰ ਹਾਂਜੀ ਹਾਂਜੀ ਅੱਛਾ ਜੀ ਤੇ ਇੱਕ ਗੱਲ ਹੋਰ ਅ ਇੱਕ ਤੁਹਾਡਾ ਛੋਟਾ ਭਰਾ ਵੀ ਤੁਹਾਡੇ ਨਾਲ ਹੀ ਕੰਮ ਕਰਦੇ ਨੇ ਤੇ ਮੈਂ ਵੀਡੀਓ ਦੇ ਵਿੱਚ ਦੇਖਦਾ ਸੀ ਭਈ ਅੱਜ ਕੱਲ ਤਾਂ ਭਰਾ ਭਰਾ ਨੂੰ ਦੇਖ ਕੇ ਰਾਜੀ ਨਹੀਂ ਹੁੰਦਾ ਤੇ ਉਹ ਤੁਹਾਡੇ ਨਾਲ ਕੰਮ ਵੀ ਕਰ ਰਹੇ ਨੇ ਵਧੀਆ ਤੁਹਾਡੀ ਮਦਦ ਵੀ ਕਰ ਰਹੇ ਨੇ ਇਹ ਵੀ 96 ਤੋਂ ਚੱਲਦੇ ਆ ਰਹੇ ਨੇ ਤੁਹਾਡੇ ਨਾਲ ਇਹ ਕਿਦਾਂ ਨਹੀਂ ਇਹ ਬਾਅਦ ਚ ਆਇਸਗੇ ਜੀ 5-6 ਸਾਲ ਬਾਅਦ ਅੱਛਾ ਜੀ ਹਾਂ ਜੀ ਕਿਉਂਕਿ ਉਦੋਂ ਪਹਿਲਾਂ ਪੜਦਾ ਸੀ ਅੱਛਾ ਜੀ ਤੇ ਫਿਰ ਇਹਨੂੰ ਇੱਧਰ ਹੀ ਲਿਆਂਦਾ ਈ ਸ਼ਾਪ ਤੇ ਠੀਕ ਹੈ ਜੀ ਹਾਂ ਜੀ ਚਲੋ ਵਧੀਆ ਭਾਜੀ ਨਾਲ ਗੱਲਬਾਤ ਕਰਕੇ ਲੱਗਿਆ ਅੱਛਾ ਭਾਜੀ ਮੈਂ ਚਾਹੂੰਗਾ ਕਿ ਐਡਰੈਸ ਤੁਸੀਂ ਇੱਕ ਵਾਰੀ ਦੱਸ ਦੋ ਤਾਂ ਕਿ ਕਿਸੇ ਨੂੰ ਔਖਾ ਨਾ ਹੋਵੇ ਤੁਹਾਡੇ ਤੱਕ ਪਹੁੰਚਣ ਲਈ ਐਡਰੈਸ ਆਪਣਾ ਸਰ ਮੋਗਾ ਜੀਟੀ ਰੋਡ ਤੇ ਆਪਣੀ ਸ਼ਾਪ ਆ ਜਿਵੇਂ ਆ ਆਪਣੀ ਸ਼ਾਪ ਆ ਨਾਲ ਹੀ ਇਧਰਲੇ ਪਾਸੇ ਕੋਟਕਪੂਰਾ ਚੌਂਕ ਆ ਜੀ ਕੋਟਕਪੂਰੇ ਨੂੰ ਮੋਕਸਰ ਨੂੰ ਬੱਸਾਂ ਤੁਰਦੀਆਂ ਇੱਥੋਂ ਚੌਂਕ ਚੋਂ ਠੀਕ ਹੈ ਜੀ ਠੀਕ ਹੈ ਜੀ ਇਧਰਲੇ ਪਾਸੇ ਫੋਕਲ ਪੁਆਇੰਟ ਆ ਜੀ ਵਿਚਾਰ ਆਪਣਾ ਵਿਚਕਾਰ ਆਪਣੀ ਦੁਕਾਨ ਆ ਆਪੋਜੀਟ ਧਵਨ ਪੈਲਸ ਆ ਜੀ ਠੀਕ ਹੈ ਜੀ ਹਾਂਜੀ ਤੇ ਜੇ ਕਿਸੇ ਨੇ ਵੀ ਏਸੀ ਲਵਾਉਣਾ ਹੋਵੇ ਠੀਕ ਕਰਾਉਣਾ ਹੋਵੇ ਸਮਾਨ ਲੈਣਾ ਹੋਵੇ ਪਹਿਲਾਂ ਫੋਨ ਲਾ ਕੇ ਆ ਸਕਦਾ ਜੀ ਉਹਨੂੰ ਮਿਲੂਗਾ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜੀ ਸਾਡਾ ਆਪਦਾ ਵੀ YouTube ਚੈਨਲ ਹੈ ਅੱਛਾ ਜੀ ਹਾਂਜੀ Facebook ਤੇ ਵੀ ਸਾਡਾ ਪੇਜ ਆ Insta ਤੇ ਵੀ ਪੇਜ ਆ Google ਦੇ ਉੱਤੇ ਜੇ ਕਿ ਉਹਨੂੰ ਆਪਣਾ ਦੁਕਾਨ ਲੱਭਣ ਚੋਖਿਆ ਜੀ ਹੁੰਦੀ ਹੈ Google ਤੇ ਸਰਚ ਮਾਰੇ ਨੈਸ਼ਨਲ ਕਾਰ ਰੇਸੀ ਟਰੱਕੇ ਸੀ ਤੇ ਉਹ ਨਾਲ ਹੀ ਆਪਣਾ ਸਾਡੀ ਲੋਕੇਸ਼ਨ ਪਾਈ ਹੋਈ ਹੈ ਅੱਜ ਕੱਲ੍ਹ ਜਮਾਨਾ ਲੇਟੈਸਟ ਹੈ ਤੇ ਉਹ ਸਿੱਧਾ ਬੰਦਾ ਦੁਕਾਨ ਤੇ ਆਊਗਾ ਜੀ ਠੀਕ ਹੈ ਜੀ ਹਾਂ ਜੀ ਅੱਛਾ ਭਾਜੀ ਤੁਸੀਂ ਇੱਕ ਕੁਐਸ਼ਨ ਰਹਿ ਗਿਆ ਮੇਰਾ ਕਿ ਫਿਟਿੰਗ ਹੀ ਕਰਦੇ ਹੋ ਜਾਂ ਤੁਸੀਂ ਅੱਗੇ ਸਪਲਾਈ ਵੀ ਕਰਦੇ ਹੋ ਬਾਹਰੋਂ ਮੰਗਾ ਕੇ ਜਾਂ ਕਿਦਾਂ ਕੰਮ ਅੱਗੇ ਇਹਦੀ ਹੈਗੀ ਆ ਕੋਈ ਇਹ ਸਰ ਅਸੀਂ ਸਮਾਨ ਵੇਚੀਦਾ ਵੀ ਐ ਸਪਲਾਈ ਵੀ ਕਰੀਦਾ ਜੀ ਠੀਕ ਹੈ ਜੀ ਬਾਕੀ ਜਿਹੜੀ ਰਹਿ ਗਈ ਗੱਲ ਫਿਟਿੰਗ ਦੀ ਜਿਹੜੀ ਦੁਕਾਨ ਤੇ ਫਿਟਿੰਗ ਹੁੰਦੀ ਹੈ ਜਿਵੇਂ ਟਰੱਕ ਉਹ ਉਹਨਾਂ ਨੂੰ ਇੱਥੇ ਹੀ ਲਿਆ ਕੇ ਫਿੱਟ ਹੁੰਦੇ ਆ ਜੀ ਅੱਛਾ ਜੀ ਜੇਸੀਬੀ ਇੱਥੇ ਵੀ ਆਉਂਦੀ ਆ ਜੇ ਕਿਤੇ ਦੂਰ ਵੀ ਖੜੀ ਆ ਜੇਸੀਬੀ ਕਿਤੇ ਹੋਰ ਇਤੋਂ ਭਲਾ ਦੀ 100 ਕਿਲੋਮੀਟਰ 150 200 ਉਹ ਅਸੀਂ ਫਿਰ ਉਹਨਾਂ ਨੂੰ ਅਸੀਂ ਟਾਈਮ ਦਿੰਨੇ ਆ ਅੱਛਾ ਜੀ ਵੀ ਅਸੀਂ ਫਲਾਣੇ ਦੇਣਾ ਆਵਾਂਗੇ ਤੇ ਏਸੀ ਲਾ ਕੇ ਜਾਵਾਂਗੇ ਉਹ ਅਸੀਂ ਥੋੜੇ ਜਿਹੇ ਜਿਹੜੇ ਰਾਸਤੇ ਦਾ ਐਕਸਟਰਾ ਚਾਰਜ ਆ ਉਹ ਵੀ ਲੈ ਲਈਦਾ ਫਿਰ ਉੱਥੇ ਜਾ ਕੇ ਫਿੱਟ ਕਰਾਏਦਾ ਜੀ ਗੱਲਾ ਏਸੀਆਂ ਦਾ ਹੀ ਕੰਮ ਆ ਜਾਂ ਹੋਰ ਵੀ ਨਾਲ ਸਪੇਅਰ ਪਾਰਟ ਤੁਸੀਂ ਕਰਦੇ ਹੋ ਕੰਮ ਇਹਦਾ ਕੁਝ ਨਹੀਂ ਕੱਲਾ ਕਾਰ ਏਸੀ ਠੀਕ ਹੈ ਇਸ ਜਿਆਦਾ ਹੀ ਮਤਲਬ ਹਾਂ ਆਟੋ ਏਸੀ ਦਾ ਸਾਰਿਆਂ ਦਾ ਕੰਮ ਹੈ ਜੀ ਆਪਣਾ ਠੀਕ ਹੈ ਹਾਂਜੀ ਸੋ ਇੱਕ ਵਾਰੀ ਨੰਬਰ ਬੋਲ ਦੋ ਆਪਣਾ ਨੰਬਰ ਰਹਿ ਗਿਆ ਤੁਹਾਡਾ ਤਾਂ ਕਿ ਅੱਜ ਕੱਲ ਫੋਨ ਤੇ ਜਿਆਦਾ ਲੋਕੀ ਕੰਟੈਕਟ ਕਰਦੇ ਆ ਨੰਬਰ ਸਰ ਸਾਡਾ ਹੈਗਾ 98150 92886 ਤੇ ਇੱਕ ਦੂਸਰਾ ਨੰਬਰ ਆ ਜੀ ਸਾਡਾ 75099 94676 ਧੰਨਵਾਦ ਗੱਲਬਾਤ ਕੀਤੀ ਆ ਭਾਜੀ ਨਾਲ ਜਿਵੇਂ ਕਿ ਅਸੀਂ ਸ਼ੁਰੂ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਕਿ ਗੱਡੀਆਂ ਤੇ ਤਾਂ ਏਸੀ ਤੁਸੀਂ ਲੱਗੇ ਦੇਖੇ ਹੁਣੇ ਜਾਂ ਹੋਰ ਜਿਹੜੀ ਵਰਕਸ਼ਾਪਾਂ ਨੇ ਉਹਦੇ ਉੱਤੇ AC ਫਿੱਟ ਕੀਤੇ ਜਾਂਦੇ ਨੇ ਪਰ ਇਹ ਜਿਹੜੇ ਬਾਈ ਜੀ ਹੁਣੀ ਨੇ ਇਹਨਾਂ ਦੀ ਦੁਕਾਨ ਦਾ ਐਡਰੈਸ ਇਹਨਾਂ ਨੇ ਜਿਹੜਾ ਦੱਸਿਆ ਵਾ ਤੁਹਾਨੂੰ ਇਹਦੇ ਤੇ ਟਰੈਕਟਰਾਂ ਤੇ ਵੀ ਟਰੱਕ ਤੇ ਵੀ ਔਰ ਜਿਹੜੀਆਂ ਕਰੇਨਾ ਚੱਲਦੀਆਂ ਨੇ ਉਹਨਾਂ ਤੇ ਵੀ ਇਹਨਾਂ ਵੱਲੋਂ AC ਫਿੱਟ ਕੀਤੇ ਜਾਂਦੇ ਨੇ ਔਰ ਇਹਨਾਂ ਨੇ ਆਪ ਹੀ ਇੱਕ ਗੱਲ ਇਹਨਾਂ ਦੀ ਵਧੀਆ ਲੱਗੀ ਕਿ ਇਹਨਾਂ ਨੇ ਜਿਹੜੀ ਮੈਨਾਂ ਨੂੰ ਸਵਾਲ ਜਿਹੜਾ ਕੀਤਾ ਸੀ ਪ੍ਰੋਬਲਮ ਕੋਈ ਆਈ ਆ ਇਹ ਇਹਨਾਂ ਨੇ ਆਪ ਹੀ ਉਹੀ ਕਲੈਰੀਫਿਕੇਸ਼ਨ ਕੀਤੀ ਕਿ ਮਾੜੀ ਮੋਟੀ ਕਈ ਵਾਰੀ ਆ ਜਾਂਦੀ ਹੈ ਸਭ ਤੋਂ ਵੱਡੀ ਗੱਲ ਆ ਜਿਹੜੀ ਆਪ ਦੀ ਦੁਕਾਨਦਾਰੀ ਦੇ ਵਿੱਚ ਮੰਨਣੀ ਕਿ ਆਪ ਦੀ ਗਲਤੀ ਵੀ ਥੋੜੀ-ਬਹੁਤ ਹੋ ਜਾਂਦੀ ਹੈ ਇਹ ਨਹੀਂ ਬਈ ਰਾਬੀ ਬੰਦਾ ਲੱਗ ਗਿਆ ਕੰਮ-ਕੁਮ ਕਰਦੇ ਹੋਏ ਇੱਧਰ-ਉੱਧਰ ਦੀ ਗੱਲ ਹੋ ਜਾਂਦੀ ਆ ਸੋ ਇਹਨਾਂ ਨੇ ਜਿਸ ਤਰ੍ਹਾਂ ਨਾਲ ਆਪਣਾ ਐਡਰੈਸ ਦੱਸਿਆ ਕੰਟੈਕਟ ਦੱਸਿਆ ਅਗਰ ਕਿਸੇ ਵੀਰ ਨੇ ਆਪਣੇ ਟਰੈਕਟਰ ਤੇ ਜਾਂ ਟਰੱਕ ਤੇ ਜਾਂ ਕ੍ਰੇਨ ਤੇ ਜਾਂ ਗੱਡੀਆਂ ਤੇ ਏਸੀ ਲਵਾਉਣਾ ਹੋਇਆ ਘੱਟ ਰੇਟਾਂ ਤੇ ਇਹਨਾਂ ਤੋਂ ਬਾਹਰਲੇ ਦੇਸ਼ਾਂ ਚੋਂ ਜਿਹੜੇ ਆ ਉਹ ਏਸੀ ਆਂਦੇ ਨੇ ਇੰਡੀਅਨ ਤੋਂ ਵੀ ਇਹਨਾਂ ਕੋਲ ਏਸੀ ਮੌਜੂਦ ਨੇ ਇਹ ਫਿੱਟ ਵੀ ਕਰਦੇ ਨੇ ਸਪਲਾਈ ਵੀ ਕਰਦੇ ਨੇ ਸੋ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਇਹਨਾਂ ਨੇ ਨੰਬਰ ਆਪਣਾ ਗੱਲਬਾਤ ਦੇ ਦੌਰਾਨ ਬੋਲ ਦਿੱਤਾ ਹੈ ਧੰਨਵਾਦ ਕੈਮਰਾਮੈਨ ਅਨਕੁਸ਼ ਦੇ ਨਾਲ ਮੈਂ ਗਗਨ ਸ਼ਰਮਾ ਮੋਗਾ